ਘਰ ਜਾੜੇ ਗੁਰ ਪੈ ਕਰ ਬੇਨਤੀ ਕਰ ਜਾੜ ਗੁਰ ਕਰ ਬੇਨਤੀ ਕਰ ਜਾੜ ਕਰ ਬੇਨਤੀ ਕਿਉਂ ਪਾਦਰ ਜਾ
मत हो छिए आप मुझसे मत हो छिए विनंती रा
कर जा गुरु पे कर विनंती कर जा पछाड़े
क्यों रहा जावे महल पावे रहा जावे महल पावे अंध की मत अंधली बिन नाम हर के कछ न सूझे अंध बूढ़ो धंधली दिन रात चन्न चौप जाए शब्द गुर का मन बसे शब्द गुर का मन बसे कर जोड़ गुर पे कर बेनंती ओड़ी सतगुरु विटो वारिया सतगुर मित्र मेरा बाल सखाई पौड़ी सतगुरु विटो वारे आ जित मेले खसम संभालिया जिन कर उपदेश ज्ञान अंजन दिया ज्ञान अंजन दिया इन्नी नेत्री जगत निहालिया देखन देखन विच फर्क पै जांदा है अखां दा भी इलाज कराउणा पैंदा है इलाज तों बाद अखां दी जोत विच फर्क पैंदा है गुरु ने बाणी विच आखिया इन्नी नेत्री पहला कुछ होर सी जिन कर उपदेश ज्ञान अंजन दिया इन्नी नेत्री जगत निहालिया मैं इन्हां अखां नाल संसार पहला भी देखता सा पर की दिसदा सी बाबा बाबा बिख देखिया संसार सारा संसार ਮੈਨੂੰ ਜ਼ਹਿਰ ਦਿਸਦਾ ਸੀ ਹਰ ਪਾਸੇ ਖਤਰਾ ਪਰੇਸ਼ਾਨੀਆਂ ਪਰ ਜਦੋਂ ਗੁਰੂ ਨੇ ਅੰਜਨ ਸੁਰਮਾ ਪਾ ਦਿੱਤਾ ਗਿਆਨ ਦਾ ਅੱਖਾਂ ਉਹੋ ਹੀ ਨੇ ਗੁਰੂ ਨੇ ਬਾਣੀ ਵਿੱਚ ਹਰ ਗੱਲ ਨੂੰ ਸਪਸ਼ਟ ਕੀਤਾ
ਕਹਿੰਦੇ ਨੇ ਜਦੋਂ ਗਿਆਨ ਅੰਜਨ ਦਿੱਤਾ ਅਤੇ ਹੁਣ ਵੀ ਮੈਂ ਇਸੇ ਅੱਖਾਂ ਨਾਲ ਜਗਤ ਨੂੰ ਨਿਹਾਲਿਆ ਦੇਖਿਆ ਅਤੇ ਜਿਹੜਾ ਜਗਤ ਪਹਿਲੇ ਮੈਨੂੰ ਬਿਖ ਨਜ਼ਰ ਆਉਂਦਾ ਸੀ ਬਾਬਾ ਬਿਖ ਦੇਖਿਆ ਸੰਸਾਰ ਹੁਣ ਗੁਰੂ ਨੇ ਬਾਣੀ ਵਿੱਚ ਜਵਾਬ ਦੇ ਦਿੱਤਾ ਕਹਿਣ ਲੱਗੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ ਹੁਣ ਮੈਨੂੰ ਰੱਬ ਰੱਬ ਦੱਸਣ ਲੱਗ ਪਿਆ ਜਿੱਧਰ ਦੇਖਣਾ ਮੈਨੂੰ ਤੇਰੇ ਬਿਨਾਂ ਦਿਸਦਾ ਹੀ ਕੋਈ ਨਹੀਂ ਕਹਿਣ ਲੱਗੇ ਇਸ ਲਈ ਮੈਂ ਗੁਰੂ ਕੋਲ ਬੇਨਤੀ ਕਰਨਾ ਚਾਹੁੰਦਾ ਮੇਰੀ ਜ਼ਿੰਦਗੀ ਮੇਰਾ ਜੀਵਨ ਬੜਾ ਔਕੜਾਂ ਵਿੱਚ ਫਸ ਗਿਆ ਹੈ ਅਤੇ ਫਸ ਕਿਸ ਤਰ੍ਹਾਂ ਗਿਆ ਕਿਉਂਕਿ ਅੱਖਾਂ ਦੀ ਜੋਤ ਚਲੀ ਗਈ ਜਿਹਦੀ ਅੱਖਾਂ ਦੀ ਜੋਤ ਚਲੀ ਜਾਏ ਉਹਦੇ ਕੋਲ ਪੁੱਛੋ ਜੀਵਨ ਕਿੱਡਾ ਮੁਸ਼ਕਲ ਹੈ ਗੁਰੂ ਨੇ ਬਾਣੀ ਵਿੱਚ ਇਸੇ ਲਈ ਇਸ ਸ਼ਬਦ ਦੇ ਆਰੰਭ ਵਿੱਚ ਇਹ ਆਖ ਦਿੱਤੀ ਕਹਿਣ ਲੱਗੇ ਕੋਈ ਅੰਧਲਾ ਹੋਵੇ ਉਹਦੇ ਕੋਲੋਂ ਕੋਈ ਰਾਹ ਪੁੱਛੇ ਉਹ ਵੀ ਅੰਧਲਾ ਹੀ ਹੋਏਗਾ ਤਾਂ ਪੁੱਛੇਗਾ ਕਿਸੇ ਅੰਧਲੇ ਕੋਲੋਂ ਕੋਈ ਰਾਹ ਪੁੱਛਦਾ ਨਹੀਂ ਅੰਧਲਾ ਹੀ ਹੋਵੇਗਾ ਜਿਹਨੂੰ ਇਹ ਪਛਾਣ ਨਹੀਂ ਮੈਂ ਅੰਧਲੇ ਕੋਲੋਂ ਰਾਹ ਪੁੱਛ ਰਿਹਾ ਅੰਧੇ ਕੇ ਰਾਹ ਦੱਸੀਏ ਅੰਧਾ ਹੋਏ ਸੋ ਜਾਏ ਸਮਾਜ ਕੀ ਹੈ ਅੱਜ ਰਾਹ ਦੱਸਣ ਵਾਲਾ ਵੀ ਅੰਧਲਾ ਹੈ ਅਤੇ ਰਾਹ ਪੁੱਛਣ ਵਾਲਾ ਵੀ ਅੰਧਲਾ ਹੈ ਗੁਰੂ ਨੇ ਬਾਣੀ ਅੰਦਰ ਬੜਾ ਖੂਬਸੂਰਤ ਦ੍ਰਿਸ਼ ਖਿੱਚਿਆ ਕਹਿਣ ਲੱਗੇ ਗੁਰੂ ਦੀ ਲੋੜ ਸੀ ਕਿਉਂਕਿ ਗੁਰੂ ਅੱਗੇ ਅਰਦਾਸ ਕੀਤੀ ਜਾ ਰਹੀ ਸੀ ਕਰ ਜੋੜ ਗੁਰ ਪੈ ਕਰ ਬੇਨੰਤੀ ਜਿਨ ਕਰ ਉਪਦੇਸ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਸਤਿਗੁਰੂ ਹੈ ਬੋਹਿਤਾ ਬਿਰਲੇ ਕਿਨੇ ਵਿਚਾਰਿਆ ਸਤਿਗੁਰੂ ਹੈ ਬੋਹਿਤਾ ਕਰ ਜੋੜ ਗੁਰ ਪੈ ਕਰ ਬੇਨੰਤੀ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ
ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਜੇ ਸੋਚੰਦਾ ਉਗਵੈ। ਸੂਰਜ ਚੜ੍ਹੇ ਹਰਾਰ, ਇੱਥੇ ਚਾਨਣ ਹੁੰਦੇ ਆ, ਇੱਥੇ ਚਾਨਣ ਹੁੰਦੇ ਆ, ਗੁਰ ਬਿਨ ਘੋਰ ਅੰਧਾਰ। ਗੁਰੂ ਦੀ ਇੰਨੀ ਲੋੜ ਹੈ, ਮੈਂ ਇੱਥੇ ਰੁਕਣਾ ਚਾਹੁੰਦਾ। ਅਸਲੀਅਤ ਅਤੇ ਅੱਜ ਦਾ ਦੁਖਾਂਤ ਦੋਵਾਂ ਦਾ ਆਪਸੀ ਇੱਕ ਰਿਸ਼ਤਾ ਹੈ, ਜਿਹਨੂੰ ਸਮਝਣਾ ਲੋੜ ਹੈ, ਗੁਰੂ ਦੀ ਲੋੜ ਹੈ। ਪਰ ਇੱਕ ਖਿਆਲ ਹੋਰ ਕਰਿਓ, ਜਿਸ ਚੀਜ਼ ਦੀ ਵੀ ਲੋੜ ਹੋਵੇ, ਉਸੇ ਦੀ ਜਿੰਨੀ ਲੋੜ ਵੱਧ ਜਾਏ ਓਨਾ ਹੀ ਓਨੀ ਨਕਲ ਪੈਦਾ ਹੋ ਜਾਂਦੀ। ਉਹ ਦੂਜੇ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਇਸ ਚੀਜ਼ ਦੀ ਲੋੜ ਹੈ। ਸੰਸਾਰ ਨੂੰ ਗੁਰੂ ਦੀ ਲੋੜ ਸੀ, ਗੁਰੂ ਦੀ ਲੋੜ ਸੀ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਇਹ ਵੀ ਮੈਂ ਦੇਖਿਆ, ਗੁਰੂ ਸਦਾ ਹੈ, ਗੁਰੂ ਸਦਾ ਹੈ, ਅਗਿਆਨੀ ਅੰਧਾ ਹੈ। ਅੰਧਲੇ ਵੀ ਗੁਰੂ ਖਵਾਉਣ ਲੱਗ ਪਏ, ਫੈਸਲਾ ਬਣੀ ਦੇ, ਕਿਉਂਕਿ ਗੁਰੂ ਦੀ ਲੋੜ ਸੀ। ਅੱਜ ਗਲੀ ਗਲੀ, ਉੱਚੇ ਉੱਚੇ, ਹਰ ਸ਼ਹਿਰ, ਹਰ ਨਗਰ ਵਿੱਚ ਗੁਰੂ ਬਣੇ ਕਿਉਂ ਬੈਠੇ ਨੇ? ਕਿਉਂਕਿ ਉਹ ਲਿਖਦੇ ਨੇ ਲੋਕਾਂ ਨੂੰ ਲੋੜ ਹੈ, ਲੋੜਵੰਦ ਜਿਹੜਾ ਨਾ ਉਹ ਵੀ ਨਹੀਂ ਸਮਝ ਸਕਦਾ, ਪੱਖ ਅਪੱਖ ਸਭ ਖਾਏ, ਲੋੜ ਹੈ। ਸੰਸਾਰ ਦੀ ਲੋੜ ਮਹਿਸੂਸ ਕਰਦਿਆਂ ਗੁਰੂਆਂ ਦੀ ਗਿਣਤੀ ਜ਼ਿਆਦਾ ਵੱਧ ਗਈ, ਬਲਕਿ ਜਿਹੜੇ ਇਹਨਾਂ ਨੂੰ ਆਪ ਨਹੀਂ ਦਿਸਦਾ ਸੀ ਉਹ ਵੀ ਗੁਰੂ ਬਣ ਬੈਠੇ ਦੱਸਣ ਵਾਸਤੇ, ਜਿਨ੍ਹਾਂ ਨੂੰ ਆਪ ਨੂੰ ਗਿਆਨ ਨਹੀਂ ਪਰ ਦੂਜੇ ਨੂੰ ਗਿਆਨ ਦਿੰਦੇ ਨੇ। ਅੱਜ ਦੇ ਸਮਾਜ ਦਾ ਦੁਖਾਂਤ ਗੁਰਬਾਣੀ ਵਿੱਚੋਂ ਮੈਂ ਸਪਸ਼ਟ ਕਰਨਾ ਚਾਹੁੰਦਾ, ਗੁਰੂ ਸਦਾ ਅਗਿਆਨੀ ਅੰਧਾ, ਕਿਆ ਓਏ ਮਾਰਗ ਪਾਏ, ਕਿਆ ਓਏ ਮਾਰਗ ਪਾਏ, ਚੌਕੜ ਮੁੱਲ ਅਣਾਇਆ, ਬੈ ਚੌਕੇ ਪਾਇਆ, ਸਿੱਖਾ ਕੰਨ ਚੜਾਈਆਂ, ਗੁਰ ਬਾਮਨ ਥੀਆ, ਗੁਰੂ ਸਦਾਏ ਅਗਿਆਨੀ ਅੰਧਾ। ਬ੍ਰਹਮਣ ਨੇ ਸੋਚਿਆ ਗੁਰੂ ਦੀ ਲੋੜ ਹੈ, ਕਿਉਂ ਨਾ ਗੁਰੂ ਹੀ ਬਣਿਆ ਜਾਏ,
ਲਓ, ਅੱਜ ਦੇ ਗੁਰੂਆਂ ਦੀ ਗਿਣਤੀ ਵੀ ਇਸੇ ਲਈ ਵਧੀ ਹੈ ਕਿਉਂਕਿ ਸਮਾਜ ਨੂੰ ਗੁਰੂ ਦੀ ਲੋੜ ਹੈ। ਐਸੀ ਗੱਲ ਕੋਈ ਨਹੀਂ, ਸਮਾਜ ਗੁਰੂ ਢੂੰਡਦਾ ਹੈ। ਕੋਈ ਕਿਸੇ ਡੇਰੇ ਕਿਉਂ ਜਾਏ, ਕੋਈ ਕਿਸੇ ਅੱਗੇ ਨਮਸਕਾਰ ਕਿਉਂ ਕਰੇ, ਕੋਈ ਕਿਸੇ ਅੱਗੇ ਆਪਣਾ ਤਨ ਮਨ ਧਨ ਕਿਉਂ ਸਮਰਪਣ ਕਰੇ ਜੇ ਉਹਨੂੰ ਲੋੜ ਨਾ ਹੋਵੇ। ਲੋੜ ਹੈ ਤੇ ਗੁਰੂ ਕਹਿੰਦੇ ਨੇ ਨਤੀਜਾ ਇਹ ਨਿਕਲਿਆ ਬ੍ਰਾਹਮਣ ਗੁਰੂ ਬਣ ਬੈਠਾ। ਫੈਸਲਾ ਬਣੀ ਦਾ ਚੌਕੜ ਮੁੱਲ ਅਨਾਇਆ ਬੈ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬਮਨ ਥੀਆ। ਪਰ ਅਜੀਬ ਗੱਲ ਇੱਕ ਸੀ ਵੀ ਆਪ ਤਾਂ ਗੁਰੂ ਸਦਾਏ ਅਗਿਆਨੀ ਅੰਧਾ ਹੈਗਾ ਸੀ, ਜਿਹੜੇ ਮਗਰ ਲੱਗਣ ਵਾਲੇ ਸਨ ਉਹੀ ਸੁਜਾਖੇ ਹੁੰਦੇ। ਗੁਰੂ ਨੇ ਬਾਣੀ ਅੰਦਰ ਹਰ ਗੱਲ ਦਾ ਜਵਾਬ ਦਿੱਤਾ। ਕਹਿੰਦੇ ਨੇ ਅੰਧੇ ਕੇ ਰਾਹ ਦੱਸੀਐ, ਅੰਧੇ ਕੇ ਰਾਹ ਦੱਸੀਐ, ਅੰਧਾ ਹੋਏ ਸੋ ਜਾਏ। ਇਹਦਾ ਮਤਲਬ ਮਗਰ ਲੱਗਣ ਵਾਲੇ ਵੀ ਹੁੰਦੇ ਸਨ। ਅਗਲੀ ਲਾਈਨ ਪੜ੍ਹੋ, ਸਤਿਗੁਰੂ ਕਹਿੰਦੇ ਨੇ ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਜ਼ਰੂਰਤ ਸੀ ਕਮ ਸੇ ਕਮ ਅੰਧੇ ਗੁਰੂ ਨੂੰ ਪਛਾਣ ਤਾਂ ਲੈਂਦਾ, ਪਰ ਜਿਹਦੇ ਕੋਲੋਂ ਪੁੱਛ ਰਿਹਾ ਇਹ ਸੋਚ ਨਹੀਂ ਰਿਹਾ ਇਹਨੂੰ ਪਤਾ ਹੈ ਕਿ ਨਹੀਂ ਪਤਾ। ਬ੍ਰਾਹਮਣ ਨੇ ਸੋਚਿਆ ਵੀ ਇਹ ਕਿਤੇ ਬੋਲ ਨਾ ਪਵੇ, ਉਹਨੇ ਸਭ ਕੁਝ ਪੱਥਰ ਦਾ ਬਣਾ ਕੇ, ਪੱਥਰ ਦਾ ਬਣਾਇਆ ਹੀ ਕਿਉਂ, ਤਾਂ ਕਿ ਮੈਂ ਇਹਨੂੰ ਆਖ ਸਕਾਂ ਇਹ ਭਗਵਾਨ ਹੈ, ਇਹ ਮੰਨੇ ਨਾ ਮੰਨੇ ਜੇ ਪੁੱਛੇਗਾ ਤਾਂ ਪੱਥਰ ਨੇ ਕਿਹੜਾ ਬੋਲ ਕੇ ਕਹਿ ਦੇਣਾ ਮੈਂ ਭਗਵਾਨ ਨਹੀਂ, ਇਹਨੇ ਕਿਹੜਾ ਬੋਲ ਕੇ ਕਹਿਣਾ। ਪਰ ਇਹ ਸੁਜਾਖਾ ਨਾ ਹੋ ਸਕਿਆ। ਮੈਂ ਕਿਸ ਕਰਾਂ, ਦੁਖਾਂਤ ਕੀ ਹੈ, ਬ੍ਰਾਹਮਣ ਜੇ ਗੁਰੂ ਬਣ ਬੈਠਾ ਹੈ ਤਾਂ ਕਦੀ ਆਪਣੇ ਵਿਹੜੇ ਵਿੱਚ ਝਾਤ ਮਾਰਿਓ। ਅਸੀਂ ਵੀ ਬ੍ਰਾਹਮਣ ਦੀ ਤਰਜ਼ 'ਤੇ ਉਸੇ ਨਕਲ ਵਿੱਚ ਜੀਉ ਰਹੇ ਹਾਂ। ਬ੍ਰਾਹਮਣ ਨੇ ਆਖਿਆ ਮੈਂ ਗੁਰੂ ਹਾਂ, ਅਤੇ ਜਿਹੜਾ ਇਹ ਸੁਜਾਖੇ ਨਹੀਂ ਸਨ ਉਹ ਨਾ ਪਛਾਣ ਸਕੇ। ਹਾਲਾਂਕਿ ਗੁਰੂ ਨੇ ਇੱਕ ਆਵਾਜ਼ ਦਿੱਤੀ ਸੀ, ਕਹਿਣ ਲੱਗੇ ਤੁਮ ਹੋਏ ਸੁਜਾਖੇ ਨਾਨਕ ਬੋਲੇ ਭਲੀ ਬਾਣ। ਗੁਰੂ ਨਾਨਕ ਇੱਕ ਚੰਗੀ ਗੱਲ ਕਹਿੰਦਾ ਹੈ, ਕਹਿੰਦਾ ਭਲਿਓ ਅੰਧੇ ਦੇ ਮਗਰ ਲੱਗ ਕੇ ਅੰਧਾ ਕਦੀ ਮੰਜ਼ਿਲ ਨਹੀਂ ਪਾ ਸਕਦਾ, ਇਸ ਲਈ ਤੁਸੀਂ ਜੇ ਉਹ ਅੰਧ ਲਾਇਆ ਤਾਂ ਤੁਸੀਂ ਤਾਂ ਸੁਜਾਖੇ ਹੋਵੋ, ਉਹਦੇ ਕੋਲੋਂ ਉਹਦੇ ਮਗਰ ਨਾ ਲੱਗੋ। ਗੁਰਬਾਣੀ ਹੈ, ਸਤਿਗੁਰੂ ਕਹਿੰਦੇ ਨੇ ਨਾਨਕ ਬੋਲੇ
ਭਲੀ ਬਾਣ ਤੁਮ ਹੋ ਸੁਜਾਖੇ, ਤੁਮ ਹੋ ਸੁਜਾਖੇ ਲੇਹੋ ਪਛਾਣ। ਤੁਸੀਂ ਤਾਂ ਸੁਜਾਖੇ ਹੋ, ਇਹਦਾ ਮਤਲਬ ਦੁਖਾਂ ਤੋਂ ਆਪਰ ਜਾਂਦਾ ਹੈ ਜਦੋਂ ਕੋਈ ਅੰਧਲੇ ਦੇ ਪਿੱਛੇ ਅੰਧਲਾ ਹੀ ਲੱਗਦਾ ਹੈ। ਕਮ ਸੇ ਕਮ ਉਹਨੂੰ ਸੁਜਾਖਾ ਹੋਣਾ। ਉਹੋ ਚੀਜ਼ ਜਦੋਂ ਵੇਖੀ ਕਿ ਬ੍ਰਾਹਮਣ ਦੀ ਚੱਲ ਗਈ ਹੈ, ਦੁਨੀਆ ਦਾ ਹਰ ਮਨੁੱਖ ਬਿਨਾਂ ਪਛਾਣੇ ਉਹਦੇ ਮਗਰ ਲੱਗਾ ਹੋਇਆ, ਆਪਣਾ ਤਨ ਮਨ ਧਨ ਸਭ ਕੁਝ ਸਮਰਪਣ ਕਰ ਰਿਹਾ ਹੈ, ਇੱਜ਼ਤ ਆਬਰੂ ਸਭ ਕੁਝ ਸਮਰਪਣ ਕਰ ਰਿਹਾ, ਸਿਰਫ ਇਸ ਲਈ ਕਿਉਂਕਿ ਬ੍ਰਾਹਮਣ ਗੁਰੂ ਹੈ। ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤ ਭਗਤਨ ਕਾ ਗੁਰਨਾ ਹੈ, ਅਰਜ ਉਰਜ ਕੇ ਪਚਮੂਆ ਚਾਰੋ ਬੇਦੁਮਾ ਹੈ। ਪਰ ਲੋਕ ਮਗਰ ਲੱਗੇ, ਅੱਜ ਤੱਕ ਲੱਗੇ ਨੇ। ਤੁਸੀਂ ਦੇਖ ਲਿਓ ਜੀ ਕਿੱਡੇ ਕਿੱਡੇ ਵੱਡੇ ਅਡੰਬਰ ਅਤੇ ਕਿੰਨੇ ਕਿੰਨੇ ਵੱਡੇ ਫੰਕਸ਼ਨ ਆ। ਹੁਣੀ ਪਿਛਲੇ ਦਿਨਾਂ ਵਿੱਚ ਆਇਆ ਕਿ 500,000 ਦੀਵਾ ਜਗਾਇਆ ਗਿਆ ਬ੍ਰਾਹਮਣ ਦੇ ਕਹਿਣ 'ਤੇ। ਹੁਣ ਅੰਦਾਜ਼ਾ ਲਾਓ ਵੀ ਜੇ 500,000 ਦੀਵਾ ਜਗਿਆ ਅਤੇ ਉਸ ਦੀਵੇ ਵਿੱਚ ਕੋਈ ਤੇਲ ਕੋਈ ਘਿਓ ਪਿਆ, ਅਤੇ 500,000 ਦੀਵਾ ਜਗਾਉਣ ਵਾਸਤੇ ਜਿੰਨਾ ਪਿਆ ਘਿਓ ਉਸ ਗਰੀਬ ਦੇਸ਼ ਅਖੋਆਂ ਦੇ ਦੇਸ਼ ਵਿੱਚ ਪਿਆ ਹੈ, ਉਸ ਘਿਓ ਉਸ ਤੇਲ ਨਾਲ ਕਿੰਨੀ ਗਰੀਬੀ ਦੂਰ ਹੋ ਸਕਦੀ ਸੀ। ਪਰ ਉਹ ਬ੍ਰਾਹਮਣ ਦਾ ਹੁਕਮ ਹੈ। ਮੈਂ ਹੈਰਾਨ ਹੁੰਦਾ ਜਦੋਂ ਸਾਡੇ ਸਾਹਮਣੇ ਆਉਂਦਾ ਹੈ ਕਿ ਜੇ ਬ੍ਰਾਹਮਣ ਜੇ ਗੁਰੂ ਅਖਵਾਨ ਨਾਲ ਹੀ ਇਹ ਹੁੰਦਾ ਹੈ ਕਿ ਸਭ ਕੁਝ ਕੋਈ ਸਮਰਪਣ ਕਰ ਦਿੰਦਾ ਹੈ, ਤਾਂ ਸਾਡਿਆਂ ਨੇ ਸੋਚਿਆ, ਹਾਲਾਂਕਿ ਸਾਡੀ ਮਰਿਆਦਾ ਵਿੱਚ ਨਹੀਂ ਸੀ, ਇੱਕ ਖਿਆਲ ਕਰਿਓ ਸਾਡੀ ਮਰਿਆਦਾ ਵਿੱਚ ਗੁਰੂ ਦੇ ਅਭੇਦਤਾ ਸਿੱਖ ਨਾਲ ਹੈ, ਐਸੀ ਗੱਲ ਨਹੀਂ। ਨਹੀਂ ਗੁਰਬਾਣੀ ਵਿੱਚ ਲਫਜ਼ ਨੇ ਸਤਿਗੁਰੂ ਕਹਿੰਦੇ ਨੇ ਗੁਰ ਸਿੱਖ ਅੰਦਰ ਸਤਿਗੁਰ ਵਰਤੈ, ਗੁਰ ਸਿੱਖ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਇਸ ਗੱਲ ਦਾ ਫਾਇਦਾ ਉਠਾਇਆ, ਗੁਰੂ ਸਿੱਖ, ਗੁਰੂ ਸਿੱਖ, ਸਿੱਖ ਗੁਰੂ ਹੈ। ਬਸ ਇੰਨੀ ਗੱਲ ਸਮਝ ਕੇ ਸਾਡੇ ਵਿੱਚ ਵੀ ਗੁਰੂ ਬਣ ਬੈਠਾ ਸਿੱਖ, ਸਾਡੇ ਵਿੱਚ ਵੀ ਸਿੱਖ ਗੁਰੂ ਬਣ ਬੈਠਾ। ਮੈਂ ਹਰ ਸਿੱਖ ਰਹਿਤ ਮਰਿਆਦਾ ਹੀ ਪੜ੍ਹਨਾ ਅਤੇ ਹੈਰਾਨ ਹੁੰਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਥ ਸ਼ਬਦ ਕੋਈ 64-65 ਵਾਰ ਆਇਆ ਹੈ, ਪਰ ਇੱਕ ਵਾਰੀ ਵੀ ਉਸ ਪੰਥ ਸ਼ਬਦ ਦਾ ਅਰਥ ਕੋਈ ਮਨੁੱਖਾਂ ਦਾ ਇਕੱਠ ਨਹੀਂ ਰਸਦਾ। ਪਰ ਕਿਉਂਕਿ ਚਾਉ ਪੈਦਾ ਹੋਇਆ ਬ੍ਰਾਹਮਣ ਵੱਲ ਵੇਖ ਕੇ, ਉਹ ਗੁਰੂ ਬਣ ਬੈਠਾ ਹੈ ਅਤੇ ਉਹਦਾ ਰਾਜ ਕਾਇਮ ਹੋ ਗਿਆ, ਜੋ ਚਾਹੁੰਦਾ ਹੈ ਉਹ ਕਰਾਉਂਦਾ ਅਤੇ ਕਰਦਾ ਹੈ, ਅਤੇ ਮੈਂ ਵੀ ਗੁਰੂ ਬਣਾ
ਲੋ ਸਾਨੂੰ ਗੁਲਾਮ ਕਰਨ ਲਈ ਇਹ ਲਫ਼ਜ਼ ਪਾ ਦਿੱਤੇ ਗਏ ਕਿ ਤਿਆਰ ਬਰ ਤਿਆਰ ਸਿੰਘਾਂ ਦਾ ਨਾਂ ਗੁਰੂ ਪੰਥ ਹੈ, ਨਿਰਾ ਪੰਥ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਪੰਥ ਹੈ ਨਾ, ਗੁਰੂ ਪੰਥ ਦਾ ਲਫ਼ਜ਼ ਹੀ ਕੋਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਮਰਿਆਦਾ ਵਿੱਚ ਲਿਖ ਦਿੱਤਾ ਗੁਰੂ ਪੰਥ ਹੈ, ਗੁਰੂ ਸ਼ਬਦ ਨਾਲ ਜੋੜ ਲਿਆ। ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਡਾ ਗੁਰੂ ਇੱਕੋ ਹੈ, ਅਤੇ ਅੱਜ ਇਹ ਪ੍ਰਚਾਰ ਹੋ ਰਿਹਾ ਹੈ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਵਾਂ ਦਾ ਸਤਿਕਾਰ ਕਾਇਮ ਕਰਨਾ ਹੈ। ਦੂਜਾ ਗੁਰੂ ਤਾਂ ਨਾਲ ਖੜਾ ਹੋ ਗਿਆ। ਔਰ ਅਜੀਬ ਗੱਲ ਇਹ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਤਾਂ ਜੋ ਕੁਝ ਕਿਸੇ ਨੇ ਪਛਾਣਨਾ ਨੇੜੇ ਆ ਕੇ ਪਛਾਣੇਗਾ, ਗੁਰੂ ਪੰਥ ਜਿਹੜਾ ਹੈ ਉਹ ਹੁਕਮ ਰੋਜ਼ ਦਾਇਰ ਕਰ ਰਿਹਾ ਹੈ, ਉੱਥੇ ਰੋਜ਼ ਹੁਕਮ ਹੋ ਰਹੇ ਨੇ, ਅਤੇ ਸਿੱਖ ਨੂੰ ਗੁਲਾਮ ਕਰਕੇ ਮਜਬੂਰ ਕੀਤਾ ਜਾ ਰਿਹਾ ਕਿ ਆਹ ਹੁਕਮ ਮੰਨ। ਗੁਰੂ ਪੰਥ ਦਾ ਹੁਕਮ ਹੈ ਜੀ, ਲਫ਼ਜ਼ ਗੁਰੂ ਪਵਿੱਤਰ ਹੈ, ਪਰ ਕਿਵੇਂ ਹਥਿਆ ਲਿਆ ਗਿਆ ਹੈ? ਗੁਰੂ ਸਦਾਏ ਅਗਿਆਨੀ ਅੰਧਾ, ਨਤੀਜਾ ਅੱਜ ਦਾ ਦਿਨ ਹੀ ਲੈ ਲਓ। ਮੈਂ ਤਾਂ ਬੋਲਣਾ ਚਾਹੁੰਦਾ, ਅੱਜ ਮਨਾਇਆ ਜਾ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਰਬ, ਹਾਲਾਂਕਿ ਦੇਹ ਦਾ ਪੁਰਬ ਹੈ, ਗੁਰੂ ਨਹੀਂ ਜੰਮਦਾ, ਜਿਹੜਾ ਜਨਮ ਲੈਂਦਾ ਉਹ ਮਰਦਾ ਵੀ ਹੈ। ਅਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਮੇਰਾ ਗੁਰੂ ਜਿਹੜਾ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਾ ਅਸਮਾਏ, ਉਹ ਤਾਂ ਅਵਿਨਾਸ਼ੀ ਹੈ, ਮਰਦਾ ਹੀ ਨਹੀਂ, ਮਰਦਾ ਨਹੀਂ ਤਾਂ ਜੰਮਦਾ ਵੀ ਨਹੀਂ। ਹਾਂ, ਇਹ ਗੱਲ ਵੱਖਰੀ ਹੈ ਕਿ ਜਿਸ ਸਰੀਰ ਵਿੱਚ ਉਹ ਬਰਕਤ ਚੁੱਕਦੀ ਹੈ ਉਹ ਸਰੀਰ ਵੀ ਧਨ ਹੈ, ਧਨ ਧਨ ਸੁਹਾਵਾ, ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵੇਖਾ। ਨਾਨਕ ਸਰੀਰ ਹੈ ਅਤੇ ਸਰੀਰ ਵਿੱਚ ਜੋਤ ਰੱਖੀ ਹੈ ਗੁਰੂ ਸ਼ਬਦ ਦੀ, ਇਸੇ ਲਈ ਨਾਨਕ ਆਪਣੀ ਜ਼ਬਾਨੋਂ ਇਹ ਗੱਲ ਆਖ ਰਿਹਾ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਗੁਰੂ ਉਹ ਹੈ ਆਖ ਰਿਹਾ ਨਾਨਕ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲਓ, ਹੋਂ ਆਪੋ ਬੋਲ ਨਾ ਜਾਣਦਾ, ਮੈਂ ਤਾਂ ਨਾਨਕ, ਜਨਮ ਤਾਂ ਹੈ ਨਾਨਕ ਦਾ, ਪਰ ਚਲੋ ਕੋਈ ਨਹੀਂ, ਨਾਨਕ ਨਾਲ ਸ਼ਬਦ ਅੰਦਰ ਜਾਣ ਕਰਕੇ ਗੁਰੂ ਨਾਨਕ ਲਫ਼ਜ਼ ਜੋ ਬਣ ਗਿਆ ਹੈ, ਗੁਰੂ ਅਤੇ ਨਾਨਕ ਦੋ ਇਕੱਠੇ ਹੋਏ ਨੇ, ਮੰਨ ਲਓ ਠੀਕ ਹੈ, ਦਰੁਸਤ ਹੈ, ਮਨਾਉਣਾ। ਪਰ ਅਜੀਬ ਘਟਨਾ ਇਹ ਹੈ ਵੀ ਨਾਨਕ ਦਾ ਪੁਰਬ ਵੀ ਤੁਸੀਂ, ਜਿਹੜਾ ਸਰੀਰ ਦਾ ਪੁਰਬ ਆਉਣ ਦਾ ਹੈ ਉਹ ਵੀ ਯੋਗ ਨਹੀਂ ਬਣਾ ਰਿਹਾ, ਤੁਸੀਂ ਆਪ ਜੋ ਲਿਖਦੇ ਹੋ ਉਸਦੇ ਉਲਟ ਹੁਕਮ ਕਰਦੇ ਹੋ। ਅੱਜ ਐਸ ਜੀ ਪੀ ਸੀ ਦੀ ਵੈਬਸਾਈਟ ਖੋਲ੍ਹ ਲਓ, ਇਹ ਨਹੀਂ ਕਿਸੇ ਹੋਰ ਦਾ ਕੋਈ ਉਦਾਹਰਣ ਜਾਂ ਐਗਜ਼ਾਮਪਲ ਹੈ, ਅੱਜ ਤੁਸੀਂ ਐਸ ਜੀ ਪੀ ਸੀ ਦੀ ਵੈਬਸਾਈਟ ਖੋਲ੍ਹ ਲਓ, ਉਹਦੇ 'ਤੇ ਸਭ ਤੋਂ ਪਹਿਲਾਂ ਦਸਾਂ ਜਾਮਿਆਂ ਦੇ, ਗੁਰੂ ਦੇ ਦਸਾਂ ਜਾਮਿਆਂ ਦੇ ਸਾਰੇ ਪੁਰਬ ਨੇ, ਪਹਿਲਾ ਇਤਿਹਾਸ ਹੈ।
ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਲਿਖਦਿਆਂ ਆਰੰਭ ਕਰਦਿਆਂ ਸਭ ਤੋਂ ਪਹਿਲਾਂ SGPC ਦੀ ਵੈਬਸਾਈਟ 'ਤੇ ਤੁਸੀਂ ਪੜ੍ਹ ਸਕਦੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਰਥ ਜਿਹੜਾ ਹੈ ਉਹ 14 April ਦਾ ਹੈ। ਪੜ੍ਹ ਸਕਦੇ ਹੋ, ਵਿਸਾਖ ਦੀ ਪਹਿਲੀ ਦਾ ਪੜ੍ਹ ਸਕਦੇ ਹੋ। ਉਹ ਤੁਸੀਂ ਜਾਂ ਅਸੀਂ ਨਹੀਂ ਲਿਖਿਆ, ਉਸੇ ਪੰਥ ਨੇ ਲਿਖਿਆ ਹੈ। ਅਤੇ ਭਲਿਓ ਲਿਖ ਕੇ ਫਿਰ ਨਾਲ ਅਗਲੇ ਪਾਸੇ ਇਹ ਕਿਉਂ ਲਿਖਦੇ ਹੋ ਕਿ ਅਸੀਂ ਆਪਣਾ ਮਨਾਉਂਦੇ ਨਵੰਬਰ 'ਚ ਸੈਲੀਬ੍ਰੇਸ਼ਨ ਜਿਹੜੀ ਅਸੀਂ ਨਵੰਬਰ 'ਚ ਕਰਨੇ ਹਾਂ, ਕਿਉਂ? ਹੁਕਮ ਹੈ। ਲੇਕਿਨ ਮੈਂ ਅਜੀਬ ਘਟਨਾ ਇਹ ਦੇਖਣਾ, ਜਦ ਉਹਦੇ ਵਿੱਚ ਲਿਖਿਆ ਹੈ ਆਪ ਉਹ ਮੰਨਦੇ ਨੇ, ਸਾਰੀ ਦੁਨੀਆ ਮੰਨਦੀ ਹੈ, ਆਪ ਵੀ ਮੰਨਦੇ ਨੇ, ਫਿਰ ਲੋਕ ਵੀ ਮਨਾ ਰਹੇ ਨੇ। ਕਿਉਂ ਮਨਾ ਰਹੇ ਨੇ? ਅੰਧੇ ਕੇ ਰਾਹ ਦੱਸੀਏ ਅੰਧਾ ਹੋ ਜਾਏ, ਅਸੀਂ ਅੰਧੇ ਦੇ ਮਗਰ ਅੰਧੇ ਹੋ ਗਏ, ਸੁਲੱਖੇ ਨਹੀਂ ਹੋ ਗਏ। ਮੈਨੂੰ ਅਫਸੋਸ ਉਹਨਾਂ ਦੇ ਅੰਦਰੇ ਹੁਣ ਦਾ, ਉਹਨਾਂ ਤਾਂ ਸ਼ੌਕ ਸੀ ਗੁਰੂ ਬਣਨ ਦਾ, ਕਿਉਂਕਿ ਗੁਰੂ ਬਣੇ ਬਿਨਾਂ ਉਹਨਾਂ ਦੀ ਚੱਲਦੀ ਨਹੀਂ ਸੀ, ਸਾਰੀ ਕੌਮ ਗੁਲਾਮ ਨਹੀਂ ਸੀ ਉਸ। ਅੱਜ ਸਾਰੀ ਕੌਮ ਗੁਰੂ ਪੰਥ ਸ਼ਬਦ ਦੇ ਗੁਲਾਮ ਹੈ। ਕੋਈ ਕੀਰਤਨ ਬਾਣੀ ਵੀ ਨਹੀਂ ਸੁਣ ਸਕਦਾ, ਬਾਣੀ ਵੀ ਕਿਸੇ ਨਾਲ ਵਰਤ ਵੀ ਨਹੀਂ। ਅੱਜ ਹੁਕਮਨਾਮਾ ਜਾਰੀ ਹੋ ਜਾਏ, ਕਿਸੇ ਨਾਲ ਵਰਤਣਾ ਵੀ ਨਹੀਂ, ਰੋਟੀ ਬੇਟੀ ਦੀ ਸਾਂਝ ਨਹੀਂ ਰੱਖੀ। ਗੁਰੂ ਕਹਿੰਦਾ ਜੀ ਗੁਰੂ ਪੰਥ ਦਾ ਹੁਕਮ, ਗੁਰੂ ਪੰਥ ਦਾ ਹੁਕਮ ਹੈ। ਉਹ ਭਲੇ ਉਹ ਗੁਰੂ ਇੱਕੋ ਹੈ, ਉਹ ਹੈ ਸ਼ਬਦ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਕੋਈ ਦੂਜਾ ਗੁਰੂ ਨਹੀਂ ਹੋ ਸਕਦਾ, ਦੂਜਾ ਨਾ ਹੀ ਔਰ ਕੋ ਤਾਂ ਕਾ ਭਉ ਕਰੀਏ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਗੁਰੂ ਬਾਣੀ ਵਿੱਚ ਕਹਿੰਦੇ ਨੇ, ਹਰ ਇੱਕੋ ਦਾਤਾ ਮੰਗੀਏ ਹਰ ਇੱਕ ਤੇ ਆਈਏ, ਇੱਕ ਹਰ ਇੱਕੋ ਦਾ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਸ਼ਰਮ ਆਉਂਦੀ ਹੈ ਦੂਜੇ ਕੋਲੋਂ ਮੰਗਦੇ ਹਾਂ ਤਾਂ ਅਸੀਂ ਪ੍ਰਥਮ ਭਗਵਤੀ ਸਿਮਰ ਕੇ ਕਰੀ ਜਾ, ਕਿਉਂਕਿ ਪੰਥਕ ਹੁਕਮ ਗੁਰੂ ਪੰਥ ਦਾ ਹੁਕਮ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਤਾ ਤਾਂ ਹੈ ਨਹੀਂ, ਜਿੰਨੀ ਦੇਰ ਅਸੀਂ ਨਹੀਂ ਸੁਜਾਖੇ ਹੋਵਾਂਗੇ। ਮੈਂ ਇਹ ਸ਼ਬਦ ਮੈਂ ਇਸ ਲਈ ਸ਼ੁਰੂ ਕੀਤਾ ਕਿਉਂਕਿ ਅਗਲੀ ਲਾਈਨ ਵਿੱਚ ਕਹਿ ਦਿੱਤਾ ਸਤਿਗੁਰੂ ਨੇ, ਕਹਿਣ ਲੱਗੇ ਅੰਧੇ ਕੇ ਰਾਹ ਦੱਸੀਏ ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅਤੇ ਨਾਲ ਇਹ ਵੀ ਹੁਕਮ ਕਰ ਦਿੱਤਾ, ਨਾਨਕ ਬੋਲੇ ਭਲੀ ਬਾਣ ਤੁਮ ਹੋਏ ਸੁਜਾਖੇ, ਤੁਮ ਹੋ ਸੁਜਾਖੇ ਲਿਓ ਪਛਾਣ। ਜੇ ਗੁਰੂ ਜਿਹੜਾ ਹੈ ਉਹ ਅੰਧਲਾ ਬਣ ਕੇ ਵੀ ਹੀ ਸੰਸਾਰ 'ਤੇ ਆਪਣੀ ਰਾਜਗੀਰੀ ਆਪਣੀ ਹਕੂਮਤ ਚਲਾਉਣਾ ਚਾਹੁੰਦਾ ਸੀ, ਉਹਨੇ ਬ੍ਰਹਮਣਿਜ਼ਮ ਵੱਲੋਂ ਵੇਖ ਲਿਆ ਵੀ ਉਹਦੀ ਹਕੂਮਤ ਚੱਲ ਗਈ ਹੈ, ਮੈਂ ਵੀ ਗੁਰੂ ਬਣ ਬੈਠਾ। ਉਹਨੇ ਆਪਣੇ ਹਾਲਾਂਕਿ ਮੈਂ ਹੈਰਾਨ ਹਾਂ ਇਸ ਗੱਲ 'ਤੇ, ਜਦੋਂ ਗੁਰੂ ਦਸਮ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਉੱਥੇ ਆਪ ਲਿਖਦੇ ਨੇ, ਇਹ ਵੀ SGPC ਵਾਲੇ ਲਿਖਦੇ ਨੇ ਕਿ ਜਿਸ ਵੇਲੇ ਦਿੱਤੀ ਉਸ ਵੇਲੇ ਖਾਲਸੇ ਨੂੰ ਤਾਬਿਆ ਕੀਤਾ, ਮੰਨ ਲਓ
ਪਰ ਚਲੋ, ਤਾਬਿਆਂ ਦਾ ਮਤਲਬ ਹੁੰਦਾ ਹੈ ਜਿਹੜਾ ਹਮੇਸ਼ਾ ਹੱਥ ਬੰਨ ਕੇ ਤਾਬਿਆ ਖੜਾ, ਹੁਕਮ ਵਿੱਚ ਰਹੇ, ਹੁਕਮੀ ਸੇਵਾਦਾਰ। ਉੱਥੇ ਇਹ ਨਹੀਂ ਆਖਿਆ ਕਿ ਖਾਲਸੇ ਨੂੰ ਗੁਰੂ ਬਣਾਇਆ, ਗੱਦੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਕੋਈ ਪੰਥ ਰਸਤਾ ਤਾਂ ਗੁਰੂ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਰਸਤਾ ਹੈ। ਇਹਨੂੰ ਰਸਤਾ ਬਣਾ ਕੇ ਇਹਦੇ 'ਤੇ ਚੱਲ ਕੇ ਅਸੀਂ ਆਪਣੀ ਮੰਜ਼ਿਲ 'ਤੇ ਪੁੱਜਣਾ ਹੈ। ਜੋ ਰਸਤਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੰਦਾ ਹੈ, ਇਹਦੇ ਤੋਂ ਬਿਨਾਂ ਹੋਰ ਕਿਸੇ ਪੰਥ ਦੀ ਗੁਲਾਮੀ ਨਹੀਂ ਕਰਨੀ। ਜਿਹੜੀ ਚੀਜ਼ ਪੰਥ ਵੱਲੋਂ ਗੁਰੂ ਪੰਥ ਆਖ ਕੇ ਹੁਕਮ ਹੋਵੇ, ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਲਿਆ ਕਰੋ ਵੀ ਜਿਹੜਾ ਗੁਰੂ ਪੰਥ ਹੁਕਮ ਕਰਦਾ ਉਹ ਗੁਰੂ ਗ੍ਰੰਥ ਵੀ ਕਰਦਾ। ਮੈਂ ਤਾਂ ਰੋਜ਼ ਹੀ ਕਹਿੰਦਾ ਸਾਡੀ ਤਾਂ ਕੋਈ ਕਿਸੇ ਨਾਲ ਵਿਰੋਧ ਹੈ ਹੀ ਨਹੀਂ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਜਾਓ, ਜੋ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹ ਤੁਸੀਂ ਵੀ ਮੰਨ ਜਾਓ, ਅਸੀਂ ਵੀ ਮੰਨ ਜਾਂਦੇ। ਇਸ ਲਈ ਅੱਜ ਮੈਂ ਚਾਹੁੰਦਾ ਸਾਂ, ਅੱਜ ਮੈਂ ਦੇਖ ਜਦੋਂ ਫੇਸਬੁੱਕ ਵੇਖਣਾ, ਹਜ਼ਾਰਾਂ ਲੱਖਾਂ ਆਦਮੀ ਲੋਕ ਇੱਕ ਦੂਜੇ ਨੂੰ ਮੁਬਾਰਕਾਂ ਦੇਈ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਮੁਬਾਰਕ ਹੋਵੇ, ਗੁਰੂ ਨਾਨਕ ਸਾਹਿਬ ਕਿਹੜੀ ਅਜੀਬ ਗੱਲ ਹੈ, ਕਿੰਦਾ ਹੁਕਮ ਹੈ। ਆਪ ਜਿਹੜਾ ਲਿਖ ਰਿਹਾ ਹੈ ਕਿ ਗੁਰਪੁਰਬ ਜਿਹੜਾ ਹੈ ਉਹ ਵਿਸਾਖ ਦੀ 14 ਵਿਸਾਖ ਦੀ ਪਹਿਲੀ ਦਾ ਹੈ, ਅਪ੍ਰੈਲ ਦੀ 14 ਦਾ ਹੈ। ਇਸ ਲਈ ਜ਼ਰੂਰਤ ਹੈ ਗੁਰੂ ਅੱਗੇ ਅਰਦਾਸ ਕਰੀਏ, ਅੰਧੇ ਦੇ ਮਗਰ ਲੱਗ ਕੇ ਅੰਧੇ ਨਾ ਹੋਈਏ। ਸਤਿਗੁਰੂ ਕਹਿੰਦੇ ਨੇ ਅੰਧਾ ਅਗੂ ਜੇਥੀਏ ਗੱਲ ਇਸ ਅਸਥਾਨ ਤੋਂ ਪੱਲੇ ਬੰਨ ਲਵੋ ਵੀ ਅਸੀਂ
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਜੇ ਅਸੀਂ ਇੰਨੀ ਗੱਲ ਵੀ ਵਿਸ਼ਵਾਸ ਵਿੱਚ ਨਹੀਂ ਲਿਆ ਸਕਦੇ ਤਾਂ ਫਿਰ ਗੁਰੂ ਦੀ ਇਹ ਗੱਲ ਹੋਏ ਸੁਜਾਖੇ ਲਿਓ ਪਛਾਣ ਅਸੀਂ ਨਹੀਂ ਪਛਾਣ ਸਕਾਂਗੇ। ਇੱਥੇ ਤਾਂ ਅਰਦਾਸ ਵੀ ਇਹੀ ਕਰੋ ਕਿ ਸਤਿਗੁਰੂ ਸਾਨੂੰ ਪਛਾਣ ਬਖਸ਼, ਨਹੀਂ ਤਾਂ ਅਸੀਂ ਇਸ ਸੰਸਾਰ ਜਿਵੇਂ ਹੁਣੇ ਲਫਜ਼ ਹਨ ਇਹ ਬਿਖ ਦੇਖਿਆ ਸੰਸਾਰ ਅਤੇ ਫਿਰ ਕਹਿ ਦਿੱਤਾ ਇਹ ਬਿਖ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹ ਉਹ ਹਰ ਕਾ ਰੂਪ ਹੈ। ਗੁਰੂ ਨੇ ਇਹੋ ਹੀ ਗਿਆਨ ਦਿੱਤਾ। ਜੇ ਨਾਨਕ ਸਿਰਫ ਸਰੀਰ ਮਗਰ ਲੱਗੇਗਾ ਤਾਂ ਵਿਸ਼ਵਾਸ ਕਰ ਸਰੀਰ ਨਾਨਕ ਵੀ ਸਾਡੇ ਵਿੱਚ ਨਹੀਂ। ਹਾਂ, ਨਾਨਕ ਦੇ ਅੰਦਰ ਜਿਹੜੀ ਜੋਤ ਸੀ ਨਾ ਉਹ ਸਾਡੇ ਕੋਲ ਹੈ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਅੱਜ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਨਾਨਕ ਦੇਖਣਾ ਹੋਵੇ ਤਾਂ ਸ੍ਰੀ ਗੁਰੂ ਨਾਨਕ ਆ ਕੇ ਦੇਖ ਸਕਦੇ ਹਾਂ। ਸੋ ਅਸੀਂ ਗੁਰੂ ਨਾਨਕ ਦੇਖਣਾ ਹੈ ਜਿਹੜਾ ਨਾਨਕ ਦੇ ਵਿੱਚ ਬੈਠਾ ਹੈ, ਉਹ ਸਾਡੇ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ਬਦ ਗੁਰੂ ਬਣ ਕੇ ਬੈਠਾ ਹੈ। ਉਹਨੂੰ ਪਛਾਣੀਏ, ਉਹਦੇ ਨਾਲ ਗੱਲ ਕਰੀਏ, ਉਹਦੀ ਮਰਜ਼ੀ ਵਰਤੀਏ, ਉਹਦੇ ਗੁਲਾਮ ਹੋਈਏ, ਹੋਰ ਕਿਸੇ ਗੁਰੂ ਪੰਥ ਦੇ ਅਸੀਂ ਗੁਲਾਮ ਨਹੀਂ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।